ਕਿਸਾਨ ਅੰਦੋਲਨ ਬਹਾਨੇ ਸਿੱਖ ਭਾਈਚਾਰੇ ਖਿਲਾਫ ਜ਼ਹਿਰ ਉਗੜ ਰਹੀ ਬਾਲੀਵੁੱਡ ਦੀ ਵਿਗੜੀ ਹੋਈ ਅਦਾਕਾਰਾ ਕੰਗਣਾ ਰਣਾਉਤ ਹੁਣ ਆਪਣੀ ਇੱਕ ਨਵੀਂ ਆ ਰਹੀ ਫਿਲਮ ਵਿੱਚ ਸਿੱਖ کردار ਵਿੱਚ ਨਜ਼ਰ ਆਉਣ ਵਾਲੀ ਹੈ ਜਿਸ ਦਾ ਕੁਲਾਸਾ ਉਸਨੇ ਖੁਦ ਕੀਤਾ ਹੈ ਅਦਾਕਾਰੀ ਨਾਲੋਂ ਵੱਧ ਕਿਸੇ ਖਾਸ ਸਿਆਸੀ ਧਿਰ ਅਤੇ ਖਾਸ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਬੇਤੁਕੇ ਟਵੀਟਸ ਕਾਰਨ ਚਰਚਾ ਵਿੱਚ ਰਹਿੰਦੀ ਕੰਗਣਾ ਰਣਾਉਤ ਆਪਣੀ ਅਪਕਮਿੰਗ ਫਿਲਮ ਤੇਜਸ ਵਿੱਚ ਸਿੱਖ 에ਅਰਫੋਰਸ ਆਫਿਸਰ ਦਾ ਰੋਲ ਕਰਦੀ ਨਜ਼ਰ ਆਵੇਗੀ ਉਸਨੇ ਸ਼ਨੀਵਾਰ ਨੂੰ ਇੱਕ ਤਸਵੀਰ ਸ਼ੇਅਰ ਕਰ ਫਿਲਮ ਵਿੱਚ ਆਪਣੇ ਕਰੈਕਟਰ ਦਾ ਨਾਮ ਦੱਸਿਆ ਹੈ ਉਸਦੇ ਨਾਲ ਹੀ ਕੰਗਣਾ ਰਣਾਉਤ ਨੇ ਦੱਸਿਆ ਕਿ ਉਹ ਵਰਦੀ ਦੇ ਨਾਮ ਦੇਖ ਕੇ ਉਸਦੇ ਚਿਹਰੇ ਤੇ ਤੁਰੰਤ ਮੁਸਕਾਨ ਆ ਗਈ ਸੀ ਕੰਗਣਾ ਰਣਾਉਤ ਨੇ ਆਪਣੇ ਟਵਿੱਟਰ ਹੈਂਡਲ ਤੇ ਵਰਦੀ ਦੀ ਤਸਵੀਰ ਸ਼ੇਅਰ ਕੀਤੀ ਹੈ ਵਰਦੀ ਦੇ ਉਸ ਦਾ ਨਾਮ ਤੇਜਸ ਗਿੱਲ ਅਤੇ ਬਲੱਡ ਗਰੁੱਪ ਬੀ ਪੋਜ਼ਿਟਿਵ ਲਿਖਿਆ ਹੈ ਕੰਗਣਾ ਰੌਤ ਨੇ ਇਸ ਦੇ ਨਾਲ ਟਵੀਟ ਕਰਦੇ ਹੋਏ ਲਿਖਿਆ ਕਿ ਤੇਜਸ ਵਿੱਚ ਮੇਰਾ ਕਿਰਦਾਰ ਇੱਕ ਸਿੱਖ ਸੈਨਿਕ ਦਾ ਹੈ ਮੈਨੂੰ ਇਸ ਬਾਰੇ ਵਿੱਚ ਉਸ ਵੇਲੇ ਪਤਾ ਲੱਗਾ ਜਦੋਂ ਤੱਕ ਮੈਂ ਆ ਜוניਫਾਰਮ ਤੇ ਮੇਰੇ ਕਿਰਦਾਰ ਦਾ ਪੂਰਾ ਨਾਮ ਨਹੀਂ ਪੜਿਆ ਸੀ ਨਾਮ ਨੂੰ ਦੇਖ ਕੇ ਮੇਰੇ ਚਿਹਰੇ ਤੇ ਤੁਰੰਤ ਮੁਸਕਾਨ ਦੌੜ ਗਈ ਸਾਡੀਆਂ ਇਸ਼ਾਵਾਂ ਅਤੇ ਪਿਆਰ ਦੇ ਵਦਨ ਦਾ ਇੱਕ तरीका ਹੁੰਦਾ ਹੈ ਸਾਡੀ ਸਮਝ ਤੋਂ ਕਿਤੇ ਜ਼ਿਆਦਾ ਤਰੀਕਿਆਂ ਨਾਲ ਯੂਨੀਵਰਸ ਸਾਡੇ ਨਾਲ ਗੱਲ ਕਰਦਾ ਹੈ ਹਾਲਕਿ ਕੰਗਣਾ ਨੇ ਆਪਣੇ ਵੱਲੋਂ ਨਿਭਾਏ ਜਾਣ ਵਾਲੇ ਕਿਰਦਾਰ ਦੇ ਸਿੱਖ ਹੋਣ ਬਾਰੇ ਉਚੇਚੇ ਤੌਰ ਤੇ ਦੱਸਿਆ ਹੈ ਜ਼ਿਕਰ ਇਹ ਖਾਸ ਹੈ ਕਿ ਕਿਸਾਨ ਅੰਦੋਲਨ ਖਿਲਾਫ ਜ਼ਹਿਰ ਉਗੜ ਰਹੀ ਕੰਗਣਾ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਮੁਖਾਤਬ ਹੋ ਪੁੱਠੇ ਸਿੱਧੇ ਟਵੀਟ ਕਰਦੀ ਰਹੀ ਜਿਸ ਤਰ੍ਹਾਂ ਉਸ ਦੀ ਟਵਿੱਟਰ ਤੇ ਦਲਜੀਤ ਸਾਂਝ ਨਾਲ ਬਹਿਸ ਹੋਈ ਉਸ ਦਰਮਿਆਨ ਵੀ ਉਸ ਨੇ ਦਲਜੀਤ ਦੇ ਸਿੱਖ ਹੋਣ ਨੂੰ ਉਬਾਰਿਆ ਕਿਸਾਨਾਂ ਨੂੰ ਅਤਵਾਦੀਤਾ ਕਹਿਲਾਣ ਦਿੱਤਾ ਜਿਸ ਦਾ ਸਖਤ ਵਿਰੋਧ ਹੋਇਆ ਪਰ ਬਾਵਜੂਦ ਇਸ ਦੇ ਉਸ ਦੇ ਬੇਤੁਕੇ ਟਵੀਟਸ ਦਾ سلسلہ ਜਾਰੀ ਰਿਹਾ ਹਾਲਾਂਕਿ ਇਸ ਦਰਮਿਆਨ ਉਸ ਨੇ ਸਿੱਖ ਧਰਮ ਦੀ ਖਾਸ ਤੌਰ ਤੇ ਤਾਰੀਫ ਕਰਦੇ ਕੁਝ ਟਵੀਟਸ ਵੀ ਕੀਤੇ ਸਨ ਕੰਗਣਾ ਜਿਸ ਨੇ ਪਹਿਲਾਂ ਕਿਹਾ ਸੀ ਕਿ ਉਹ ਹਮੇਸ਼ਾ ਬਚਪਨ ਤੋਂ ਹੀ ਆਰਮਡ ਫੋਰਸਸ ਵਿੱਚ ਉਸ ਦੀ ਖਾਸ دلچਸਪੀ ਰਹੀ ਆਸ ਕਰਦੀ ਹੈ ਕਿ ਤੇਜਸ ਅੱਜ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਮਾਣ ਦੀ ਭਾਵਨਾ ਪੈਦਾ ਕਰੇਗੀ ਨੌਜਵਾਨ ਪੀੜੀ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਦਾਵਾ ਕਰ ਰਹੀ ਕੰਗਣਾ ਉਸ ਖਾਸ ਸਿਆਸੀ ਧਿਰ ਦੀ ਭਾਸ਼ਾ ਬੋਲ ਰਹੀ ਹੈ ਜੋ ਲੋਕਾਂ ਨੂੰ ਥੋਕ ਵਿੱਚ ਦੇਸ਼ ਭਗਤੀ ਦੇ ਸਰਟੀਫਿਕੇਟ ਵੰਦੇ ਹਨ ਅਧਿਆਪਕਾਂ ਖਿਲਾਫ ਉੱਠਦੀ ਹਰ ਆਵਾਜ਼ ਨੂੰ ਦੇਸ਼ ਤ੍ਰੋ ਐਲਾਨ ਦਿੰਦੇ ਹਨ ਕੰਗਣਾ ਨੇ ਆਪਣੇ ਪਹਿਲੇ ਬਿਆਨ ਵਿੱਚ ਕਿਹਾ ਸੀ ਕਿ ਅਕਸਰ ਹੀ ਸਾਡੀਆਂ ਬਹਾਦਰ ਔਰਤਾਂ ਨੇ ਵਰਦੀਆਂ ਵਿੱਚ ਦਿੱਤੀਆਂ ਕੁਰਬਾਨੀਆਂ ਕੌਮ ਵੱਲ ਧਿਆਨ ਨਹੀਂ ਦਿੰਦੀਆਂ ਤੇਜਸ ਇੱਕ ਅਜਾਹੀ ਫਿਲਮ ਹੈ ਜਿੱਥੇ ਮੈਨੂੰ ਇੱਕ ਅਜਾਹੀ 에ਅਰ ਫੋਰਸ ਦੇ ਪਾਇਲਟ ਦੀ ਭੂਮਿਕਾ ਨਿਭਾਉਣ ਦਾ ਮਾਣ ਹਾਸਲ ਹੋਵੇਗਾ ਜੋ ਦੇਸ਼ ਨੂੰ ਆਪਣੇ ਆਪੇ ਤੋਂ ਅੱਗੇ ਰੱਖਦਾ ਹੈ ਮੈਨੂੰ ਉਮੀਦ ਹੈ ਕਿ ਅਸੀਂ ਇਸ ਫਿਲਮ ਨਾਲ ਅੱਜ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਮਾਣ ਦੀ ਭਾਵਨਾ ਪੈਦਾ ਕਰਾਂਗੇ ਕੰਗਣਾ ਰਣੌਤ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਤੇਜਸ ਵਿੱਚ ਮੇਰਾ ਕਿਰਦਾਰ ਇੱਕ ਸਿੱਖ ਸੈਨਿਕ ਦਾ ਹੈ ਮੈਨੂੰ ਇਸ ਬਾਰੇ ਵਿੱਚ ਉਸ ਵੇਲੇ ਪਤਾ ਲੱਗਾ ਜਦੋਂ ਤੱਕ ਮੈਂ ਇਸ ਦੀ ਯੂਨੀਫਾਰਮ ਤੇ ਮੇਰੇ ਕਿਰਦਾਰ ਦਾ ਪੂਰਾ ਨਾਮ ਨਹੀਂ ਪੜਿਆ ਸੀ ਨਾਮ ਨੂੰ ਦੇਖ ਕੇ ਮੇਰੇ ਚਿਹਰੇ ਤੇ ਤੁਰੰਤ ਮੁਸਕਾਨ ਦੌੜ ਗਈ ਸਾਡੀਆਂ ਇਸ਼ਕਾਂ ਅਤੇ ਪਿਆਰ ਦੇ ਵਧਨ ਦਾ ਇੱਕ ਤਰੀਕਾ ਹੁੰਦਾ ਹੈ ਸਾਡੀ ਸਮਝ ਵਿੱਚ ਕਿਤੇ ਜ਼ਿਆਦਾ ਤਰੀਕੇ ਨਾਲ ਯੂਨੀਵਰਸ ਪਹਿਲਾਂ ਗੱਲ ਕਰਦਾ ਹੈ ਐਕਟਰਸ ਨੇ ਇਸ ਪੋਸਟ ਦੇ ਨਾਲ ਤੇਜਸ ਵਿੱਚ ਆਪਣੇ ਕਿਰਦਾਰ ਦੀ ਯੂਨੀਫਾਰਮ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਉਸ ਤੋਂ ਪਹਿਲਾਂ ਕੰਗਣਾ ਨੇ ਇੱਕ ਪੋਸਟ ਦੱਸਿਆ ਕਿ ਨਵੀਂ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ ਤੇਜਸ ਦੀ ਟੀਮ ਦੇ ਨਾਲ ਨਵੀਂ ਲੁੱਕ ਟੈਸਟ ਇਸ ਮੂਵੀ ਦੀ ਸ਼ੂਟਿੰਗ ਇਸ ਗਰਮੀ ਦੀ ਰੁੱਤ ਵਿੱਚ ਸ਼ੁਰੂ ਹੋਵੇਗੀ ਇਸ ਮਹੀਨੇ ਮੇਰਾ ਜਨਮ ਦਿਨ ਵੀ ਹੈ ਇਹ ਕੰਗਣਾ ਰਣੌਤ ਨੇ ਟਵੀਟ ਕੀਤਾ ਸੀ ਇਸ ਤੋਂ ਪਹਿਲਾਂ ਕੰਗਣਾ ਰਣੌਤ ਨੇ ਟਵਿੱਟਰ ਤੇ ਅੰਸ਼ਕ ਰੂਪ ਨਾਲ ਉਸਦੇ ਅਕਾਊਂਟ ਨੂੰ ਬੈਨ ਕੀਤਾ ਜਾਣ ਦੀ ਗੱਲ ਤੇ ਕੰਪਨੀ ਦੇ ਸੀਈਓ ਜੈਕ ਡੋਰਸੀ ਦੀ ਚਮਕ ਕੇ ਖਰੀ-ਖੋਟੀਆਂ ਸੁਣਾਈਆਂ ਸਨ ਕੰਗਣਾ ਨੇ ਟਵੀਟ ਕੀਤਾ ਸੀ ਕਿ ਮੈਨੂੰ ਸਸਪੈਂਡ ਕੀਤਾ ਹੋਇਆ ਹੈ ਕਿਉਂਕਿ ਚਾਚਾ ਜੈਕ ਅਦਿ ਦੀ ਟੀਮ ਮੇਰੇ ਤੋਂ ਡਰੀ ਹੋਈ ਹੈ ਉਹ ਮੈਨੂੰ ਸਸਪੈਂਡ ਕਰ ਸਕਦੇ ਹਨ ਮੈਨੂੰ ਹਰ ਰੋਜ਼ ਖੁਲਿਆਮ ਉਹਨਾਂ ਨੂੰ ਬੇਨਕਾਬ ਕਰਨ ਤੋਂ ਰੋਗ ਨਹੀਂ ਸਕਦੇ ਹਨ ਜ਼ਿਕਰੇ ਖਾਸ ਹੈ ਕੰਗਣਾ ਰਣੌਤ ਲਗਾਤਾਰ ਪੁੱਠੇ ਸਿੱਧੇ ਟਵੀਟ ਕਰ ਰਹੀ ਹੈ ਜਿਸ ਤੋਂ ਬਾਅਦ ਟਵਿੱਟਰ ਵੱਲੋਂ ਉਸ ਨੂੰ ਕੁਝ ਸਮੇਂ ਦੇ ਲਈ ਸਸਪੈਂਡ ਕੀਤੇ ਜਾਣ ਤੋਂ ਬਾਅਦ ਵੀ ਲਗਾਤਾਰ ਕੰਗਣਾ ਉਹਨਾਂ ਦੇ ਖਿਲਾਫ ਜ਼ਹਿਰ ਉਗਲ ਰਹੀ ਹੈ ਕੰਗਣਾ ਕਿਸਾਨ ਅੰਦੋਲਨ ਦੇ ਖਿਲਾਫ ਵੀ ਲਗਾਤਾਰ ਪੜਕਾਉ ਟਵੀਟ ਕਰਦੀ ਰਹੀ ਹੈ ਉਸਦੇ ਟਵੀਟਸ ਵਿੱਚਲੀ ਬੋਲਬਾਣੀ ਤੇ ਤੰਜ ਕੱਸਦਿਆਂ ਅਸੀਮ ਸ਼ਾਬੜਾ ਨੇ ਉਸ ਨੂੰ ਹਾਲ ਹੀ ਵਿੱਚ ਅਣਪੜ ਔਰਤ ਕਿਹਾ ਜਿਸ ਤੋਂ ਪੜ ਕੇ ਕੰਗਣਾ ਨੇ ਕਹਿ ਦਿੱਤਾ ਸੀ ਕਿ ਉਸਦੇ ਟਵੀਟਸ ਦਾ ਸਿਰਫ ਅਤੇ ਸਿਰਫ ਹਾਈ ਆਈਕਿਊ ਵਾਲੇ ਲੋਕਾਂ ਦੇ ਲਈ ਹੁੰਦੇ ਹਨ ਟਵੀਟ ਵਿੱਚ ਕੰਗਣਾ ਨੇ ਲਿਖਿਆ ਮੇਰੇ ਟਵੀਟ ਤਾਂ ਸਿਰਫ ਹਾਈ ਆਈਕਿਊ ਵਾਲੇ ਲੋਕਾਂ ਦੇ ਲਈ ਹਨ ਮੇਰੇ ਕੋਲ ਇਨਾ ਟਾਈਮ ਨਹੀਂ ਕਿ ਮੈਂ ਹਰ ਕਠਪੁਤਲੀ ਨੂੰ ਅੱਜ ਆਹੇ ਜਵਾਬ ਦੇਵਾਂ ਮੇਰੇ ਕੋਲ ਟਾਈਮ ਅਤੇ ਸ਼ਬਦ ਦੋਵੇਂ ਸੀਮਤ ਹਨ ਉਂਝ ਵੀ ਤੁਸੀਂ ਕਿਸ ਗੱਲ ਤੋਂ ਇਨਾ ਉਤਸ਼ਾਹਿਤ ਹੋ ਇਹ ਤੁਹਾਡੇ ਬਾਰੇ ਵਿੱਚ ਨਹੀਂ ਲਿਖਿਆ ਹੈ ਉਂਝ ਵੀ ਇਹ ਰੈੱਡ ਇੰਡੀਅਨਸ ਦਾ ਕੀ ਹੈ ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਬ੍ਰੈਂਡੋ ਇੱਕ ਮੂਲ ਅਮਰੀਕੀ ਹੈ ਜ਼ਿਕਰ ਖਾਸ ਹੈ ਕਿ ਕੰਗਣਾ ਵੱਲੋਂ ਇਹ ਸਭ ਉਸ ਵੇਲੇ ਕਿਹਾ ਗਿਆ ਸੀ ਜਦੋਂ ਲੇਖਕ ਅਸੀਮ ਸ਼ਾਬੜਾ ਨੇ ਉਹਨਾਂ ਨੂੰ ਬੇਵਕੂਫ ਅਤੇ ਅਣਪੜ੍ਹ ਕਰਾ ਦਿੱਤਾ ਸੀ ਉਹਨਾਂ ਨੇ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ ਕਿ ਮਹਿਲਾ ਐਨੀ ਬੇਵਕੂਫ ਕਿਵੇਂ ਹੋ ਸਕਦੀ ਹੈ ਉਹ ਕਮਿਊਨਿਸਟ ਸ਼ਬਦ ਦਾ ਠੀਕ ਨਾਲ ਇਸਤੇਮਾਲ ਕਰ ਲਵੇ ਬਹੁਤ ਹੈ ਪਹਿਲਾਂ ਤਾਂ ਇਹ ਬਿਲਕੁਲ ਹੀ ਦਿਸ਼ਾਹੀਣ ਦਿਖਦੀ ਹੈ ਅਣਪੜ੍ਹ ਹੈ ਇਹਨੂੰ ਲੱਗਦਾ ਹੈ ਕਿ ਸਭ ਜਾਣਦੀ ਹੈ ਮੈਨੂੰ ਤਾਂ ਹਾਲੇ ਵੀ ਸਮਝ ਨਹੀਂ ਆ ਰਹੀ ਕਿ ਕੰਗਣਾ ਨੇ ਰੈੱਡ ਇੰਡੀਅਨ ਵਰਗੇ ਸ਼ਬਦ ਦਾ ਇਸਤੇਮਾਲ ਕਿਵੇਂ ਕੀਤਾ ਹੈ ਉਹ ਜੇ ਪਹਿਲੀ ਵਾਰ ਨਹੀਂ ਜਦੋਂ ਕੰਗਣਾ ਨਵਤਬ ਵੱਲੋਂ ਕਿਸੇ ਸੰਵੇਦਨਸ਼ੀਲ ਮੁੱਦੇ ਤੇ ਇਸ ਤਰ੍ਹਾਂ ਟਵੀਟ ਕੀਤੇ ਗਏ ਹੋਣ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹੇ ਮੌਕੇ ਤੇ ਪੁੱਠੇ ਸਿੱਧੇ ਟਵੀਟ ਕਰ ਚੁੱਕੀ ਹੈ ਉਸਦੇ ਬਿਆਨ ਤੇ ਜੰਮ ਕੇ ਰਾਜਨੀਤੀ ਵੀ ਹੋਈ ਅਤੇ ਕਈ ਵਾਰ ਤਾਂ ਵੱਡੇ ਵਿਵਾਦ ਵੀ ਖੜੇ ਹੋਏ ਹਨ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ